ਓ ਬੱਲੇ 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 ਐਵੇਂ ਤਾਂ ਨਹੀਂ ਕਿਹਾ ਸਿਆਣਿਆਂ ਨੇ ਬਈ ਪਿੰਡ ਗੁਹਾਰਿਆ ਤੋਂ ਤੇ ਸਰਦਾਰੀ ਦਰਵਾਜਿਆਂ ਤੋਂ ਇੱਥੇ ਪਤਾ ਲੱਗਦੀ ਹੈ ਉਹ ਹੈ ਕੋਈ ਲੰਬੜਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਕੌਣ ਹਾਂ ਬਈ ਮੇਰਾ ਨਾਮ ਮਹਿੰਗਾ ਸਿੰਘ ਹੈ ਜੀ ਤਾਂ ਮੈਂ ਦਾਤੇਆਲ ਤੋਂ ਆਇਆ ਜੀ ਕੀ ਕੰਮ ਆ ਮੇਰਾ ਕੰਮ ਦੋ ਪਰਿਵਾਰਾਂ ਨੂੰ ਮਿਲਾਉਣ ਦਾ ਜੀ ਯਾਨੀ ਕਿ ਰਿਸ਼ਤੇ ਕਰਾਉਣਾ ਹਾਂਜੀ ਬਹਿ ਜਾ ਇਹ ਗੱਲ ਤੁਸੀਂ ਸਿੱਧੀ ਕਹਿਤੀ ਜੀ ਮੈਨੂੰ ਲੱਭਣੀ ਪੈਣੀ ਸੀ ਤੈਨੂੰ ਕਿਹਨੇ ਦੱਸਿਆ ਵੀ ਅਸੀਂ ਰਿਸ਼ਤਾ ਲੱਭਦੇ ਫਿਰਦੇ ਹਾਂ ਉਹ ਜੀ ਸਿਆਣੇ ਕਹਿੰਦੇ ਹੁੰਦੇ ਨਾ ਵੀ ਜਦੋਂ ਜਵਾਕ ਵੱਡੇ ਹੋ ਜਾਂਦੇ ਆ ਮਾਂ ਬਾਪ ਨੂੰ ਪਤਾ ਨਹੀਂ ਲੱਗਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਨਾਲੇ ਮੇਰਾ ਤਾਂ ਕੰਮ ਇਹੀ ਹੈ ਜੀ ਮੈਂ ਜਵਾਕਾਂ ਨੂੰ ਸਾਕ ਕਰਾ ਕੇ ਮਾਂ ਬਾਪ ਨੂੰ ਸਿਰ ਖਰੂ ਕਰ ਦਿੰਦਾ ਜੀ ਸਤਿ ਸ੍ਰੀ ਅਕਾਲ ਸਰਦਾਰਨੀ ਜੀ ਸਤਿ ਸ੍ਰੀ ਅਕਾਲ ਲਓ ਜੀ ਲਿਆ ਵੇ ਭਾਈ ਆਹ ਤਾਂ ਤੇਰੀ ਬਹੁਤ ਚੰਗੀ ਗੱਲ ਆ ਨਾਲੇ ਪੁੰਨ ਤੇ ਨਾਲੇ ਫਲੀਆਂ ਹੈ ਅੱਗੇ ਕਿੰਨੇ ਰਿਸ਼ਤੇ ਕਰਾਏ ਆ ਰਿਸ਼ਤੇ ਤਾਂ ਬਥੇਰੇ ਕਰਾਏ ਜੀ ਗਿਣਤੀ ਚ ਨਹੀਂ ਹੈਗੇ ਉਹ ਬਲਕਾਰ ਸਿੰਘ ਨੇ ਜੀ ਉਹਦੇ ਮੁੰਡੇ ਨੂੰ ਰਿਸ਼ਤਾ ਮੈਂ ਕਰਵਾਇਆ ਸੀਗਾ ਉਹ ਸੁਰਜੀਤ ਸਿੰਘ ਜਿਹੜਾ ਡਾਕਾ ਚਲ ਗਿਆ ਹੋਇਆ ਜੀ ਉਹਨੂੰ ਵੀ ਰਿਸ਼ਤਾ ਮੈਂ ਹੀ ਕਰਵਾਇਆ ਸੀਗਾ ਉਹ ਚੇਤਰਾਮ ਨੇ ਜੀ ਵਿਸਾਖੀ ਦਾ ਉਹਦੀ ਕੁੜੀ ਨੂੰ ਵੀ ਰਿਸ਼ਤਾ ਮੈਂ ਹੀ ਕਰਵਾਇਆ ਸੀ ਚੇਤਰਾਮ ਹਾਂਜੀ ਲੈ ਉਹਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਜੀ ਆ ਲੋਗਣ ਵਾਲੇ ਕੁਲਵੰਤ ਸਿੰਘ ਜੀ ਉਹਨਾਂ ਦੇ ਮੁੰਡੇ ਨੂੰ ਰਿਸ਼ਤਾ ਮੈਂ ਹੀ ਕਰਵਾਇਆ ਜੀ ਮੱਗਰ ਸਿੰਘ ਦਾ ਜਿਹੜੇ ਉਹਦੀ ਪੋਤੀ ਬਸ ਬਸ ਆਪਣੀ ਇੱਕ ਵਿਅਕਤੀ ਆ ਅਸੀਂ ਚਾਹੁੰਦੇ ਹਾਂ ਕਿ ਉਹਦਾ ਰਿਸ਼ਤਾ ਕਿਸੇ ਚੰਗੇ ਜਿਹੇ ਪਰਿਵਾਰ 'ਚ ਹੋ ਜਾਏ ਹੋ ਜੂਗਾ ਜੀ ਮੈਂ ਤੁਹਾਡੇ ਰੁਤਬੇ ਦੇ ਮੁਤਾਬਕ ਖਾਨਦਾਨ ਦੇ ਮੁਤਾਬਕ ਵਧੀਆ ਜਿਹਾ ਰਿਸ਼ਤਾ ਲੱਭਦਾ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਿਓ ਜੀ ਇਜਾਜ਼ਤ ਕੋਈ ਚਾਹ ਪਾਣੀ ਬਸ ਜੀ ਹੁਣ ਜਿੱਦੇ ਚੰਗਾ ਦਿਨ ਆਊਗਾ ਕਾਰਜ ਸਿਰੇ ਚੜੂਗਾ ਉਹਦੇ ਚਾਹ ਪਾਣੀ ਵੀ ਛਕਾਂਗੇ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੰਗਾ ਮਹਿੰਗਾ ਸਿੰਘ ਹਾਂਜੀ ਹਾਂਜੀ ਦੱਸੋ ਇੱਕ ਗੱਲ ਦਾ ਧਿਆਨ ਰੱਖੀ ਹਾਂਜੀ ਮੁੰਡਾ ਫੌਜੀ ਨਹੀਂ ਹੋਣਾ ਚਾਹੀਦਾ ਲਿਆ ਮੈਂ ਮਾਰਤਾ